ਇਹ ਤਸਵੀਰਾਂ ਨੇ ਪਿਛਲੇ ਦਿਨੀ ਬੇਰਹਿਮੀ ਨਾਲ ਕਤਲ ਕੀਤੇ ਗਏ ਕਮਲ ਪ੍ਰਿੰਸ ਸਿੰਘ ਸੁਪੁੱਤਰ ਸੁਖਵਿੰਦਰ ਸਿੰਘ ਲੋਹਾਰ ਮਾਜਰੇ ਦੇ ਘਰ ਦੀਆਂ। ਦੱਸ ਦਈਏ ਕਿ ਪਿੰਡ ਕੋਟਕਲਾਂ ਤੋਂ ਛੀਂਟਾਲਾ ਵਿਚਕਾਰ ਪੈਂਦੇ ਸੂਏ ਦੀ ਪੁਲੀ ਦੇ ਨੇੜੇ ਉਕਤ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਥਾਣਾ ਸਦਰ ਨਾਭਾ ਵਿਖੇ ਇੱਕ ਇਤਲਾਹ ਮਸੂਲ ਹੋਈ ਸੀ, ਜਿਸ ਦੇ ਵਿੱਚ ਪਿੰਡ ਕੋਟਕਲੇ ਦੀ ਸੂਆ ਪੁਲੀ 'ਤੇ ਨਗਨ ਹਾਲਤ ਵਿੱਚ ਇੱਕ ਨੌਜਵਾਨ ਦੀ ਡੈੱਡ ਬਾਡੀ ਪਈ ਸੀ, ਜਿਸ ਨੂੰ ਕਾਫੀ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਗਿਆ ਸੀ ਅਤੇ ਜਿਹੜਾ ਕਿ ਇੱਕ ਕਤਲ ਜਾਪਦਾ ਸੀ। ਇਸ ਵਾਰਦਾਤ ਨੂੰ SSP ਪਟਿਆਲਾ ਸ਼੍ਰੀ ਵਰਨ ਸ਼ਰਮਾ IPS ਵੱਲੋਂ ਕਾਫੀ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਤਾਰ ਹਰਬੀਰ ਸਿੰਘ PPS ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਉਹਨਾਂ ਦੀ ਨਿਗਰਾਨੀ ਹੇਠ ਸ਼੍ਰੀ ਦਵਿੰਦਰ ਕੁਮਾਰ PPS DSP ਨਾਭਾ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਾਭਾ ਦੀ ਟੀਮ ਬਣਾ ਕੇ ਪਿੰਡ ਕੋਟਕਲਾਂ ਵਿਖੇ ਕਤਲ ਵਿੱਚ ਮ੍ਰਿਤਕ ਕਮਲ ਪ੍ਰਿੰਸ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਲੋਹਾਰ ਮਾਜਰਾ ਦੀ ਸ਼ਨਾਖਤ ਕਰਕੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਲੋਹਾਰ ਮਾਜਰਾ ਦੇ ਬਿਆਨ 'ਤੇ ਮੁਕੱਦਮਾ ਨੰਬਰ 61 2/4/2023 302/34 IPC ਥਾਣਾ ਸਦਰ ਨਾਭਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਮੁਕੱਦਮੇ ਦੇ ਦੋਸ਼ੀ ਪਵਿੱਤਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਿੰਮਤਪੁਰਾ, ਸੁੱਖੀ ਪੁੱਤਰ ਭਗਵਾਨ ਸਿੰਘ ਵਾਸੀ ਬਿੰਨਾਹੜੀ ਅਤੇ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੋਟ ਖੁਰਦ ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਵੱਲੋਂ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਨ੍ਹਾਂ ਨੇ ਕਿ ਐਲਟਸ ਕੀਤੀ ਹੋਈ ਸੀ। ਹੁਣ ਉਹਨਾਂ ਦੀ ਫਾਈਲ ਲੱਗੀ ਹੋਈ ਸੀ ਆਸਟ੍ਰੇਲੀਆ ਵਾਸਤੇ, ਜਿਨ੍ਹਾਂ ਨੇ ਕਿ ਵਿਦੇਸ਼ ਜਾਣ ਦੀ ਤਿਆਰੀਆਂ ਚੱਲ ਰਹੀਆਂ ਸਨ। ਇਸ ਦੇ ਦੌਰਾਨ ਇਹ ਘਟਨਾ ਵਾਪਰ ਗਈ। ਆਓ ਸੁਣਦੇ ਹਾਂ ਥਾਣਾ ਮੁੱਖ ਅਫਸਰ ਅਤੇ ਨਾਭਾ ਦੇ DSP ਇਸ ਮਾਮਲੇ ਸੰਬੰਧੀ ਕੀ ਕਹਿ ਰਹੇ ਨੇ ਅਤੇ ਇਸ ਮਾਮਲੇ ਦੇ ਦੋਸ਼ੀ ਕੀ ਕਹਿ ਰਹੇ ਨੇ। ਪੇਸ਼ ਹੈ ਗੁਰਤੇਜ ਸਿੰਘ ਥੂਹੀ ਦੀ ਇਹ ਰਿਪੋਰਟ। ਅਤੇ ਉਹ ਡੋਲਟਨ ਮੇਰਾ ਪੁਰਾਣਾ ਬੈਰ ਸੀ, ਉਹ ਮੇਰੇ ਨਾਲ ਬੈਰ ਰੱਖਦਾ ਪੁਰਾਣਾ ਡੋਲਟਾ ਮੁੰਡਾ ਕੋਟ ਦਾ ਜੀ, ਅਤੇ ਉੱਥੇ ਹਾਥੇ 'ਤੇ ਬੈਠੇ ਉਹਦੀਆਂ ਗੱਲਾਂ ਕਰ ਰਹੇ ਸੀ, ਉਹਦੇ ਨਾਲ ਵੀ ਰਹਿੰਦਾ ਸੀ ਸਾਡੇ ਨਾਲ ਵੀ ਰਹਿੰਦਾ ਸੀ। ਉੱਥੇ ਬਹਿ ਕੇ ਕਹਿੰਦਾ ਵੀ ਡੋਲਟਾ ਆਊਗਾ ਅਤੇ ਕਿਰਪਾਨਾ ਮਾਰੂ ਤੁਹਾਨੂੰ ਐਂ ਕਰੂਗਾ। ਉੱਥੋਂ ਅਸੀਂ ਉਹਨੂੰ ਲੈ ਕੇ ਨਿਕਲ ਗਏ ਵੀ ਤੈਨੂੰ ਡੋਲਟ ਦੇ ਘਰ ਮੂਰੀ ਲੈ ਕੇ ਜਾਵਾਂਗੇ। ਅਤੇ ਉੱਥੇ ਜਾਂਦੇ ਜਾਂਦੇ ਅਸੀਂ ਉਹਦੇ ਦਰਖਤ ਦੇ ਡੰਡੇ ਤੋੜ ਕੇ ਉਹਦੇ ਮਾਰੇ ਅਤੇ ਉਹਦੇ ਕੱਪੜੇ ਲਾ ਕੇ ਡੰਡੇ ਮਾਰੇ ਜੀ, ਅਤੇ ਉਹਨੂੰ ਭਜਾਇਆ ਅਤੇ ਉਹਨੂੰ ਉਹਦੇ ਘਰ ਤੱਕ ਲਿਆਉਂਦੇ ਰਹੇ। ਅਤੇ ਰਾਸਤੇ 'ਚ ਉਹ ਗਿਰ ਜਾਂਦਾ ਸੀ, ਫਿਰ ਉਠਾਲਦੇ ਉਹਨੂੰ ਅਤੇ ਉਹਦੇ ਲੱਤ 'ਤੇ ਮੋਟਰਸਾਈਕਲ ਚੜਾਇਆ। ਮਿਤੀ 2/4/2023 ਨੂੰ ਜਿਹੜੀ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਅਨਆਡੈਂਟੀ ਡੈੱਡ ਬੋਡੀ ਬਿਨਾਂ ਕੱਪੜਿਆਂ ਤੋਂ, ਜਦੋਂ ਅਸੀਂ ਛਿੰਟਾਂ ਵਾਲਿਆਂ ਤੋਂ ਕੋਟਕਲਾਂ ਵੱਲ ਕੱਚੇ ਰਾਹ ਨੂੰ ਜਾਂਦੇ ਸੂਏ 'ਤੇ ਜਾਂਦੇ ਹਾਂ, ਉਹ ਰਸਤੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ, ਜਿਸ 'ਤੇ SHO ਸਦਰ ਗੁਰਪ੍ਰੀਤ ਪਿੰਡਰ ਅਤੇ ਇਹਨਾਂ ਨੇ ਆਪਣੀ ਸਮੇਤ ਟੀਮ ਚੌਂਕੀ ਜਾਂ ਛਿੰਟਾਂ ਵਾਲਾ ਮੌਕੇ 'ਤੇ ਗਏ, ਮੌਕਾ ਮਾਰਿਆ ਕੀਤਾ ਜੋ ਇੱਕ ਡੈੱਡ ਬੋਡੀ ਜਿਸ ਦੇ ਸਿਰ ਉੱਪਰ ਅਤੇ ਬੋਡੀ 'ਤੇ ਕਾਫੀ ਜਿਹੜੇ ਜ਼ਖਮ ਪਾਏ ਗਏ ਸੀ, ਜੋ ਸੱਟਾਂ ਮਾਰ ਕੇ ਕਿਸੇ ਨਾਮ ਨੂੰ ਲੜਕੀਆਂ ਨੇ ਇਹਨੂੰ ਕਤਲ ਕੀਤਾ ਸੀਗਾ, ਜੋ ਇਹਨਾਂ ਨੇ ਪਹਿਲਾਂ ਤਾਂ ਡੈੱਡ ਬੋਡੀ ਜਿਹੜੀ ਮਿਲੀ ਸੀ ਉਹਨੂੰ ਆਈਡੈਂਟੀਫਾਈ ਕੀਤਾ, ਉਹ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਲੋਹਾਰ ਮਾਜਰਾ ਜਿਹੜਾ ਆਈਡੈਂਟੀਫਾਈ ਹੋਇਆ, ਉਸ ਨੂੰ ਅੱਗੇ ਲੈ ਕੇ ਆਪਣਾ ਤਫਤੀਸ਼ ਵਿੱਚ ਜਦੋਂ ਕੰਟੀਨਿਊ ਕਰਦੇ ਹੋਏ ਤਾਂ ਥਾਣਾ ਸਦਰ ਨਾਭਾ ਵਿਖੇ FA ਨੰਬਰ 61/302/34 IPC ਪਰਚਾ ਦਰਜ ਕੀਤਾ ਗਿਆ। ਉਦੋਂ ਤਫਤੀਸ਼ ਨੂੰ ਡੂੰਘਾਈ ਨਾਲ ਸਾਇੰਟੀਫਿਕ ਅਤੇ ਸੋਰਸ ਰਾਹੀਂ ਜੋ ਇਹ ਸਾਹਮਣੇ ਆਇਆ ਕਿ ਜੋ ਮ੍ਰਿਤਕ ਸੀ ਉਸਦੇ ਹੀ ਖਾਸ ਮਿੱਤਰ ਜਿਹੜੇ ਸੀਗੇ ਕਿਸੇ ਟਾਈਮ, ਜਿਨ੍ਹਾਂ ਵਿੱਚ ਅਵਤਾਰ ਸਿੰਘ, ਪਵਿੱਤਰ ਸਿੰਘ ਅਤੇ ਸੁੱਖੀ ਜੋ ਕਿ ਨਾਲ ਦੇ ਪਿੰਡਾਂ ਦੇ ਰਹਿਣ ਵਾਲੇ ਨੇ, ਇਹਨਾਂ ਨੇ ਉਸਨੂੰ ਫੋਨ ਕਰਕੇ ਸ਼ਾਮ ਨੂੰ ਬੁਲਾਇਆ ਕਿਸੇ ਹਫ਼ਤੇ 'ਤੇ। ਉੱਥੇ ਇਹਨਾਂ ਨੇ ਰਲ ਮਿਲ ਕੇ ਸ਼ਰਾਬ ਪੀਤੀ। ਪਵਿੱਤਰ ਜੋ ਕਿ ਇਸ ਕੇਸ ਦਾ ਮੁੱਖ ਦੋਸ਼ੀ ਆ, ਉਸਨੂੰ ਇਹ ਸੀਗਾ ਵੀ ਜੇ ਜਿਹੜਾ ਮ੍ਰਿਤਕ ਆ ਵੀ ਇਹ ਮੇਰੀ ਇਨਫੋਰਮੇਸ਼ਨ, ਜੋ ਇਹਨਾਂ ਦੀ ਕੋਈ ਮਾੜੀ ਮੋਟੀ ਲੜਾਈ ਹੋਣੀ ਆ ਕਿਸੇ ਗਰੁੱਪ ਨਾਲ, ਇਹ ਮੇਰੀ ਜਿਹੜੀ ਇਨਫੋਰਮੇਸ਼ਨ ਆ ਜਾਂ ਮੇਰਾ ਇਹ ਟਾਈਮ ਚੁਕਾਉਣ ਜਾਂ ਮੈਨੂੰ ਮਰਵਾਉਣ ਨੂੰ ਇਹ ਦੂਸਰੇ ਗਰੁੱਪ ਨਾਲ ਰਲ ਗਿਆ ਹੈ। ਇਹਨਾਂ ਨੇ ਹੁਣ ਪਹਿਲਾਂ ਸ਼ਰਾਬ ਪਈ, ਉੱਥੇ ਇਹਦੇ ਥੋੜ੍ਹੀਆਂ ਮੋਟੀਆਂ ਸੱਟਾਂ ਮਾਰੀਆਂ, ਫਿਰ ਇਹਨੂੰ ਇਸੇ ਮੋਟਰਸਾਈਕਲ 'ਤੇ ਲੈ ਕੇ
चार जने बैठ के जो सूए वाल हैगा उत्थे नू इहदे कपड़े लाए इहनू बड़ी बेरहमी नाल कुटमार कीती इहदे सिर दे विच अते लत्तां दे बॉडी ते काफ़ी मतलब इहदे अपने जिहड़े जख्म कीते इहनू भजा मतलब भजा भजा के इन्होंने मारे कपड़े भी इहदे असीं बरामद कर ले ते हुण असीं अज जिहड़ी हैगी आ ਇਹ ਤਫਤੀਸ਼ ਦੌਰਾਨ ਇਸ ਕਤਲ ਦੇ ਮੁਕਦਮੇ 'ਚ ਦੋਸ਼ੀ ਪਵਿੱਤਰ ਨੂੰ ਸੁੱਖੀ ਦੇ ਅਵਤਾਰ ਨੂੰ ਗ੍ਰਿਫਤਾਰ ਕਰ ਹੋਰ ਵੀ ਹੱਥ 'ਚ ਕਿਸੇ ਮਾਮਲੇ ਅਰੇ ਤਫਤੀਸ਼ ਚੱਲ ਰਹੀ ਆ ਅਤੇ ਇਹਨਾਂ ਦਾ ਅਸੀਂ ਹੁਣ ਅਰੈਸਟ ਪਾ ਲਈ ਗ੍ਰਿਫਤਾਰ ਕਰ ਲਈ ਅਤੇ ਬਾਕੀ ਜੋ ਐਵੀਡੈਂਸ ਹੈਗੀਆਂ ਨੇ ਹਥਿਆਰ ਜਾਂ ਹੋਰ ਕਿਹੜੇ ਬੰਦੇ ਨੇ ਦੇਖਿਆ ਕਿ ਕੀ ਇਹਨਾਂ ਤੋਂ ਰਿਕਵਰ ਕਰਨਾ ਉਹ ਅੱਗੇ ਅਸੀਂ ਤਾਂ ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਸਮਾਨ ਹਾਸਲ ਕਰਕੇ ਇਹ ਸਾਰੀ ਜਿਹੜੀ ਰਿਕਵਰੀ ਕਰਾਵਾਂਗੇ ਇਹਨਾਂ ਦੇ ਪਹਿਲਾਂ ਵੀ ਕੋਈ ਹੈਗੇ ਜੀ ਕੋਈ ਕੇਸ ਰਜਿਸਟਰ ਸ਼ਾਇਦ ਇੱਕ ਤਾਂ ਇਹਨਾਂ ਦੇ ਕੇਸ ਪਹਿਲਾਂ ਦਰਜ ਹਟ ਕੇਸ ਹੈਗੇ ਆ ਅਤੇ ਬਾਕੀ ਅੱਗੇ ਤਫਤੀਸ਼ ਜੋ ਆ ਉਹ ਤੁਹਾਨੂੰ ਦੱਸਾਂ ਜੋ ਐਲਰਟਸ ਕਰ ਰਿਹਾ ਸੀ ਜੋ ਹੁਣ ਤੱਕ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਅਤੇ ਐਲਰਟਸ ਕਰਨ ਤੋਂ ਬਾਅਦ ਹੀ ਬਾਹਰ ਉਹਨੇ ਜਾਣਾ ਸੀ ਇਹਨਾਂ ਉਮਰ ਕਿੰਨੀ ਕਿੰਨੀ ਹੋਈ ਕਿੰਨਾ ਇਹਨਾਂ ਦੇ 21 ਸਾਲ 22 ਸਾਲ ਇਹ ਯੰਗ ਏਜ ਦੇ ਸਾਰੇ ਜਿਹੜੇ ਹੈਗੇ ਆ ਅਤੇ ਮਰਨ ਵਾਲਾ ਵੀ 19-20 ਸਾਲ ਦਾ ਸੀਗਾ ਅਤੇ ਹੈ ਇਹ ਗਰੁੱਪ ਸੀਗਾ ਬਟ ਜਦੋਂ ਇਹਨਾਂ ਨੂੰ ਕੋਈ ਵਹਿਮ ਪੈ ਗਿਆ ਵੀ ਸਾਡੀ ਕੋਈ ਜਿਹੜੀ ਇਹ ਲੀਕੇਜ ਕਰਦਾ ਉਹ ਸ਼ਰਾਬ ਪਿਆ ਕੇ ਅਤੇ ਉਸਨੂੰ ਧੋਖੇ ਨਾਲ ਲਿਆ ਕੇ ਇਹਨੂੰ ਉਹਦਾ ਕਤਲ ਕੀਤਾ ਇਹਨਾਂ ਨੇ ਪਹਿਲਾਂ ਤਾਂ ਉਹਦੇ ਸਿਰ ਵਿੱਚ ਬੋਤਲਾਂ ਮਾਰੀਆਂ ਨੇ ਬੀਅਰ ਦੀਆਂ ਬੋਤਲਾਂ ਸ਼ਰਾਬ ਦੀਆਂ ਬੋਤਲਾਂ ਫਿਰ ਉਹ 'ਚ ਡੰਡੇ ਵੀ ਮਾਰੇ ਗਏ ਨੇ ਉਹਦੇ ਹੋਰ ਵੈਪਨ ਜਿਹੜਾ ਉਹ ਯੂਜ਼ ਕੀਤੇ ਨੇ ਆਪਣੇ ਇਹਨੂੰ ਕਤਲ ਕਰਨ ਦੇ ਵਿੱਚ ਕੰਮ ਕੀ ਕਰਦੇ ਨੇ ਨੌਜਵਾਨ ਜਿਹੜੇ ਗ੍ਰਿਫਤਾਰ ਇਹ ਜ਼ਿਆਦਾ ਤੌਰ 'ਤੇ ਵਿਹਲੇ ਇੱਕ ਤਾਂ ਇਹਨਾਂ 'ਚ ਜਿਹੜਾ ਹੈਗਾ ਉਹ ਕੋਈ ਕਿਸੇ ਪ੍ਰਾਈਵੇਟ ਫੈਕਟਰੀ 'ਚ ਮਲੇਰਕੋਟਲੇ ਲੱਗਿਆ ਹੋਇਆ 10-11 8-10 ਦੇ ਪੜ੍ਹੇ ਹੋਏ ਨੇ ਜ਼ਿਆਦਾ ਇਹ ਪੜ੍ਹੇ ਲਿਖੇ ਵੀ ਨਹੀਂ ਹੈ ਪਰ ਇਹ ਥੋੜ੍ਹਾ ਜਿਹਾ ਗਲਤ ਸੁਸਾਇਟੀ 'ਚ ਪੈਣ ਕਰਕੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ।